ਥੋੜੂ ਰਾਮ ਪੁੱਤਰ ਚੁੰਨੀ ਲਾਲ ਵਾਸੀ ਪਿੰਡ ਜਾਜਾ ਥਾਣਾ ਟਾਂਡਾ ਦਾ ਵਸਨੀਕ ਹੈ। ਇਸ ਦੇ ਉੱਪਰ ਥਾਣਾ ਟਾਂਡਾ ਦੇ ਵਿੱਚ ਨਸ਼ੀਲੇ ਪਦਾਰਥ ਵੇਚਣ ਦੇ ਕੁੱਲ 6 ਮਾਮਲੇ ਦਰਜ ਸਨ, ਜਿਨ੍ਹਾਂ ਵਿੱਚੋਂ 3 ਮਾਮਲੇ ਡੋਡੇ ਚੂਰਾ ਪੋਸਟ ਦੇ ਸਨ, ਜਿਨ੍ਹਾਂ ਵਿੱਚ ਇਸ ਨੂੰ ਸਜ਼ਾ ਹੋ ਚੁੱਕੀ ਹੈ। ਜੋ 3 ਮਾਮਲੇ ਆ ਡੋਡੇ ਚੂਰਾ ਪੋਸਟ ਅਤੇ ਨਸ਼ੀਲੇ ਪਦਾਰਥਾਂ ਦੇ, ਇਹ ਅਜੇ ਅੰਡਰ ਟਰਾਇਲ ਆ। ਜਿਸ ਸੰਬੰਧੀ ਸਜ਼ਾ ਹੋਣ 'ਤੇ ਇਸ ਦੇ ਪ੍ਰੋਪਰਟੀ ਤਸਦੀਕ ਕੀਤੀ ਗਈ ਸੀ, ਇਸ ਵੱਲੋਂ ਆਪਣੇ ਰਿਸ਼ਤੇਦਾਰਾਂ ਦੇ ਨਾਮ 'ਤੇ ਜਾਂ ਹੋਰ ਕੋਈ ਸਕੇ ਸੰਬੰਧੀ ਆ ਉਹਨਾਂ ਦੇ ਨਾਮ 'ਤੇ ਜੋ ਵੀ ਪ੍ਰੋਪਰਟੀ ਬਣਾਈ ਗਈ ਸੀਗੀ ਉਹ ਅਸੀਂ ਵੈਰੀਫਾਈ ਕਰਕੇ ਕੰਪੀਟੈਂਟ ਅਥਾਰਟੀ ਨੂੰ ਭੇਜੀ ਸੀ। ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਵੱਲੋਂ NDPC ਸੈਕਟਰ ਦੀ ਧਾਰਾ 68F ਦੇ ਤਹਿਤ ਇਸ ਦੀ ਪ੍ਰੋਪਰਟੀ ਜਿਹੜੀ ਆ ਫਰੀਜ਼ ਕਰਨ ਦਾ ਹੁਕਮ ਪਾਸ ਕੀਤਾ ਗਿਆ ਵਾ, ਜਿਸ ਤਹਿਤ ਅਸੀਂ ਇਹਨਾਂ ਹੁਕਮਾਂ ਦੀ ਕਾਪੀ ਇਸ ਦੇ ਘਰ ਦੇ ਬਾਹਰ ਚਿਪਕਾ ਦਿੱਤੀ ਹੈ ਅਤੇ ਇਹਨਾਂ ਦੀ ਫੈਮਿਲੀ ਮੈਂਬਰ ਅਤੇ ਜਿਨ੍ਹਾਂ ਦੇ ਖਿਲਾਫ਼ NDPC ਐਕਟ ਦੀ ਧਾਰਾ 68F ਤਹਿਤ ਫਰੀਜ਼ਿੰਗ ਆਰਡਰ ਹੋਏ ਸਨ ਉਹਨਾਂ ਸਾਰਿਆਂ ਨੂੰ ਕਾਪੀ ਮੁਹੱਈਆ ਕਰਾ ਦਿੱਤੀ ਗਈ ਹੈ। ਇਹ ਦੱਸ ਦੇਣਾ ਚਾਹੁੰਦਾ ਵੀ NDPC ਐਕਟ ਦੀ ਧਾਰਾ 68F ਆ, ਇਹਦੇ ਤਹਿਤ ਜੋ ਵੀ ਨਸ਼ੇ ਦਾ ਕਾਰੋਬਾਰ ਕਰਦਾ ਵਾ ਨਾਜਾਇਜ਼, ਉਸ ਦੁਆਰਾ ਆਪਣੇ ਕਿਸੇ ਵੀ ਰਿਸ਼ਤੇਦਾਰ ਦੇ ਨਾਮ 'ਤੇ ਜੋ ਪ੍ਰੋਪਰਟੀ ਬਣਾਈ ਜਾਂਦੀ ਆ ਉਹ ਜਿਹੜੀ ਅਸੀਂ ਫਰੀਜ਼ ਕਰਾ ਸਕਦੇ ਹਾਂ। ਇਸ ਦੇ ਤਹਿਤ ਹੀ ਅਸੀਂ ਇਸਦੇ ਨਾਮ 'ਤੇ ਅਤੇ ਇਸਦੇ ਜਿਹੜੇ ਰਿਸ਼ਤੇਦਾਰ ਆ ਉਹਨਾਂ ਦੇ ਨਾਮ 'ਤੇ ਜੋ ਪ੍ਰੋਪਰਟੀ ਸੀ ਉਹ ਫਰੀਜ਼ ਕਰਾ ਦਿੱਤੀ।